ਬਠਿੰਡਾ ਹਲਕੇ ਤੋਂ ਇਸ ਟਾਈਮ ਫਿਰ ਤੁਹਾਨੂੰ ਜੋੜ ਰਿਹਾ ਹੈਗਾ ਵੀ ਬਲਜਿੰਦਰ ਕੌਰ ਜੀ ਨਾਲ ਗੱਲ ਕਰਦੇ ਹੈਗੇ ਆ ਆਮ ਆਦਮੀ ਪਾਰਟੀ ਵੱਲੋਂ ਅਤੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈਗੀ ਆ MP ਦੀ ਟਿਕਟ ਦੀ ਦਾਅਵੇਦਾਰ ਵੀ ਹੈਗੇ ਸੀ ਅਤੇ ਇਸ ਟਾਈਮ ਮਿਲ ਵੀ ਚੁੱਕੀ ਹੈਗੀ ਆ ਅਤੇ ਜਿੱਤਣ ਦੀ ਦਾਅਵੇਦਾਰੀ ਵੀ ਕਰ ਰਹੇ ਹੈਗੇ ਆ ਆਮ ਆਦਮੀ ਪਾਰਟੀ ਜੇ ਇੱਕ ਪਾਸੇ ਗੱਲ ਕਰਦੇ ਹਾਂ ਤਾਂ ਵਿੱਚੋਂ ਮੇਨ ਕਿਤੇ ਨਾ ਕਿਤੇ ਖਿੰਡ ਵੀ ਚੁੱਕੀ ਹੈਗੀ ਆ ਉਹਦੇ ਵਾਸਤੇ ਆਪਾਂ ਗੱਲਬਾਤ ਕਰਾਂਗੇ ਬੀਬੀ ਬਲਜਿੰਦਰ ਕੌਰ ਜੀ ਸਾਡੇ ਨਾਲ ਹੀ ਹੈਗੇ ਆ ਬਠਿੰਡੇ ਦੇ ਵੱਡੀ ਦਾਅਵੇਦਾਰੀ ਕਰ ਰਹੇ ਆ ਬੀਬੀ ਜੀ ਕਿਵੇਂ ਲੱਗਦਾ ਕਿਉਂਕਿ ਇਸ ਟਾਈਮ 'ਤੇ ਕਿਤੇ ਨਾ ਕਿਤੇ ਝਾੜੂ ਕਹਿ ਰਿਹਾ ਖਿੰਡ ਪੁੰਡ ਗਿਆ ਹੈਗਾ ਵਿਰੋਧੀ ਪਾਰਟੀ ਤੁਹਾਡੀ ਜਿਹੜੀ ਹੈਗੀ ਆ ਉਹ ਕਹਿ ਰਹੇ ਕਿ ਜਿਤਨਾ ਮੁਸ਼ਕਲ ਆ ਕੋਈ ਝਾੜੂ ਖਿੰਡਿਆ ਪੁੰਡਿਆ ਨਹੀਂ ਕੱਲ੍ਹ ਰੋਡ ਸ਼ੋਅ ਸੀਗਾ ਜਿਹੜਾ ਬਹੁਤ ਸੋਹਣਾ ਹੋਇਆ ਜਿੱਥੇ ਮੁੱਖ ਮੰਤਰੀ ਸਾਹਿਬ ਆਪ ਆਏ ਸੀਗੇ ਅਤੇ ਸਾਰੇ ਦੇ ਸਾਰੇ ਹਲਕੇ ਬੁਢਲਾਡਾ ਮਾਨਸਾ ਸਰਦੂਲਗੜ੍ਹ ਤਲਵੰਡੀ ਸਾਹਿਬ ਪੁੱਛੋ ਬਠਿੰਡਾ ਦਿਹਾਤੀ ਮੌੜ ਜਿਵੇਂ ਖੜ੍ਹੇ ਸੀਗੇ 2017 ਦੇ ਵਿੱਚ ਉਸੇ ਤਰੀਕੇ ਨਾਲ ਖੜ੍ਹੇ ਹੈ ਮੈਨੂੰ ਵੀ ਮਤਲਬ ਇਸ ਗੱਲ ਦੀ ਹੈਰਾਨੀ ਹੁੰਦੀ ਆ ਵੀ ਸਾਰੇ ਅਕਾਲੀ ਦਲ ਹੋਇਆ ਕਾਂਗਰਸ ਹੋਇਆ ਮੈਂ ਕਹਿੰਦੀ ਹਾਂ ਵੀ ਪਾਰਟੀ ਨੂੰ ਮਾਰ ਕੇ ਪੈਂਦੇ ਸੀ ਵੀ ਬਸ ਮਰ ਗਈ ਪਰ ਕਹਿੰਦੇ ਹੁੰਦੇ ਨਾ ਬਸ ਕੁਦਰਤ ਨਾ ਮਰੇ ਕੋਈ ਕਿਸੇ ਦੇ ਕਹੇ ਤੋਂ ਨਹੀਂ ਮਰਦਾ ਸੋ ਅੱਜ ਵੀ ਉਹੀ ਜਨੂੰਨ ਆ ਲੋਕਾਂ ਦਾ ਉਹੀ ਜੋਸ਼ ਆ ਕਿਤੇ ਕੋਈ ਤੀਲਾ ਤੂਲਾ ਨਹੀਂ ਜਮ੍ਹਾਂ ਇੱਕ ਡੱਕਾ ਨਹੀਂ ਸਿਰਫ ਅਫਵਾਹ ਆ ਅਤੇ ਔਰ ਗਰਾਊਂਡ 'ਤੇ ਅੱਜ ਪਾਰਟੀ ਖੜ੍ਹੀ ਆ ਤੁਸੀਂ ਦੇਖ ਹੀ ਰਹੇ ਹੋ ਮੇਰੇ ਨਾਲ ਇਸ ਪਿੰਡ ਦੇ ਵਿੱਚ ਸੀਗੇ ਕਿ ਲੋਕਾਂ ਦਾ ਕੀ ਰੁਝਾਨ ਆ ਲੋਕ ਓਨੇ ਹੀ ਤੱਤਪਰ ਨੇ ਅੱਜ ਵੀ ਬੀਬੀ ਜੀ ਡਾਕਟਰ ਗਾਂਧੀ ਦੇ ਵਿੱਚੋਂ ਚਲੇ ਜਾਣਾ ਸੁਖਪਾਲ ਸਿੰਘ ਖਹਿਰਾ ਦਾ ਪਾਰਟੀ ਨੂੰ ਛੱਡ ਜਾਣਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਇਕੱਲਾਪਨ ਮਹਿਸੂਸ ਹੋ ਰਿਹਾ ਇਸ ਟਾਈਮ ਦੇ ਉੱਤੇ ਜਸਜੀਤ ਸਿੰਘ ਛੋਟੇਪੁਰ ਸੀ ਵੱਡੇ ਵੱਡੇ ਦਾਅਵੇਦਾਰ ਹੈਗੇ ਸੀ ਹਰਿੰਦਰ ਸਿੰਘ ਖਾਲਸਾ ਸੀ ਉਹਨਾਂ ਵੱਲੋਂ ਪਾਰਟੀ ਨੂੰ ਛੱਡ ਦੇਣਾ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਨੁਕਸਾਨ ਹੋਊਗਾ ਪਾਰਟੀ ਨੂੰ ਨਹੀਂ ਠੀਕ ਹੈ ਦੇਖੋ ਇੱਕ ਟਾਈਮ ਸੀਗਾ ਵੀ ਕਿਤੇ ਨਾ ਕਿਤੇ ਮਿਸ ਅੰਡਰਸਟੈਂਡਿੰਗਸ ਹੋਈਆਂ ਨੇ ਜਾਂ ਕਿਵੇਂ ਨਾ ਕਿਵੇਂ ਕਰਕੇ ਵੀ ਉਹ ਲੋਕ ਚਲੇ ਗਏ ਪਰ ਮੈਂ ਕਹੂੰਗੀ ਵੀ ਇਹ ਇਕੱਲੇ ਆਮ ਆਦਮੀ ਪਾਰਟੀ 'ਚ ਨਹੀਂ ਸਾਰੀਆਂ ਪਾਰਟੀਆਂ 'ਚ ਇੱਦਾਂ ਹੀ ਹੁੰਦਾ ਆ ਸੋ ਆਮ ਆਦਮੀ ਪਾਰਟੀ ਨਵੀਂ ਆ ਤਾਂ ਕਰਕੇ ਜ਼ਿਆਦਾ ਸਵਾਲਾਂ ਦੇ ਵਿੱਚ ਘਿਰ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਤੋਂ ਜਿਹੜਾ ਨਿਕਲਦਾ ਉਮੀਦਵਾਰ ਇੱਥੋਂ MLA ਵੀ ਤੁਹਾਡੇ ਜਿਹੜੇ ਹੈਗੇ ਆ ਕਾਂਗਰਸ ਜੁਆਇਨ ਕਰ ਰਹੇ ਹੈਗੇ ਆ ਇਹ ਕਿਉਂ ਅਕਾਲੀ ਦਲ ਨੂੰ ਜਾਣ ਦੇ ਬਦਲੇ ਕਿਉਂਕਿ ਇਸ ਟਾਈਮ ਕਾਂਗਰਸ ਸਰਕਾਰ ਹੈਗੀ ਆ ਕਾਂਗਰਸ ਜੁਆਇਨ ਕੀਤੀ ਜਾ ਰਹੀ ਉਹ ਤਾਂ ਹੁਣ ਉਹੀ ਦੱਸ ਸਕਦੇ ਜੀ ਉਹਨਾਂ ਨੂੰ ਕਾਂਗਰਸ 'ਚ ਜਾਣ ਦਾ ਕੀ ਇੰਟਰਸਟ ਆ ਅਕਾਲੀ ਦਲ 'ਚ ਜਾਣ ਦਾ ਕੀ ਇੰਟਰਸਟ ਆ ਪਰ ਮੈਂ ਤਾਂ ਇਹ ਕਹਿ ਸਕਦੀ ਜੇ ਕੋਈ ਜਾਂਦਾ ਬੇਸ਼ੱਕ ਜਾਵੇ ਕਿਉਂਕਿ ਜੇ ਕੋਈ ਸੋਚਦਾ MLA ਮੈਂ ਵੱਡਾ ਤਾਂ ਕੋਈ MLA ਵੱਡਾ ਨਹੀਂ ਇੱਥੇ ਲੋਕ ਵੱਡੇ ਆ ਪਬਲਿਕ ਵੱਡੀ ਆ ਅਤੇ ਪਬਲਿਕ ਜਨਤਾ ਅੱਜ ਵੀ ਮਤਲਬ ਪਾਰਟੀ ਦੇ ਨਾਲ ਖੜ੍ਹੇ ਆ ਸੋ ਜੇ ਕੋਈ ਗਿਆ ਆ ਤਾਂ ਉਹ ਆਪਣੀ ਸੈਲਫ ਇੰਟਰਸਟ ਕਰਕੇ ਗਿਆ ਆ ਬਸ ਸਿੱਧੀ ਜੀ ਗੱਲ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਸੀ ਪਿੰਡਾਂ ਦੇ ਵਿੱਚ ਲੋਕਾਂ ਨੇ ਇਸ ਟਾਈਮ ਵੀ ਆਪਾਂ ਤੁਹਾਡੇ ਪਿੰਡਾਂ 'ਚ ਵਿੱਚ ਰਿਹਾ ਹੈਗਾ ਤੁਹਾਡੇ ਪਿੰਡ 'ਚ ਦੇਖਿਆ ਹੈਗਾ ਸੀ ਪਿਆਰ ਸਤਿਕਾਰ ਉਸੇ ਤਰ੍ਹਾਂ ਮਿਲ ਰਿਹਾ ਵਾ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਹ ਸਾਰੀਆਂ ਘਾਟਾਂ ਜਿਹੜੀਆਂ ਕਿਤੇ ਨਾ ਕਿਤੇ ਮਹਿਸੂਸ ਹੋਣਗੀਆਂ ਕਿਉਂਕਿ 4 MP ਸੀ ਤੁਹਾਡੇ ਇਸ ਟਾਈਮ ਕਿੰਨੀਆਂ ਦਾਅਵੇਦਾਰੀ ਹੈਗੀ ਤੁਹਾਡੇ ਨਹੀਂ ਠੀਕ ਹੈ ਤੁਹਾਡੀ ਗੱਲ ਕਿ ਲੋਕਾਂ ਨੇ ਮੈਨੂੰ ਵਿਧਾਨ ਸਭਾ ਦੇ ਵਿੱਚ ਬਹੁਤ ਮਾਨ ਸਨਮਾਨ ਦਿੱਤਾ ਆ ਅਤੇ ਉਹਨਾਂ ਨੇ ਮੈਨੂੰ ਜਿਤਾਇਆ ਵਿਧਾਨ ਸਭਾ ਦੇ ਵਿੱਚ ਭੇਜਿਆ ਪਰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ MP ਲੜਨ ਦੀ MP ਲੜ ਕੇ ਵੀ ਤਾਂ ਮਤਲਬ ਕੋਈ ਇਹ ਥੋੜ੍ਹਾ ਹੈਗਾ ਵੀ ਮੈਂ ਪਾਸੇ ਹੋ ਜੂੰਗੀ MP ਲੜ ਕੇ ਸਗੋਂ ਦੀ ਜਿਹੜੇ 9 ਦੇ 9 ਹਲਕੇ ਆ ਉਹਨਾਂ ਨੂੰ ਸੰਭਾਲਣਾ ਮੇਰੀ ਜ਼ਿੰਮੇਵਾਰੀ ਵੱਧ ਜਾਊਗੀ ਸੋ ਵਧੀਆ ਗੱਲ ਹੈ ਸੁਖਪਾਲ ਸਿੰਘ ਖਹਿਰਾ ਤੁਹਾਡੇ ਇੱਕ ਬਿਲਕੁਲ ਵਿਰੋਧ ਦੇ ਵਿੱਚ ਆਣ ਖੜੋਏ ਆ ਤੁਸੀਂ ਇਕੱਠੇ ਰਹੇ ਹੈਗੇ ਆ ਇਸ ਟਾਈਮ ਵਿਰੋਧ ਦੇ ਵਿੱਚ ਵੀ ਹੈਗੇ ਆ ਰਾਜਾ ਵੜਿੰਗ ਕਹਿ ਰਹੇ ਕਿ ਮੈਂ ਜਿੱਤੂੰਗਾ ਉੱਧਰ ਬੀਬਾ ਹਰਸਿਮਰ ਕੌਰ ਬਾਦਲ ਵੀ ਕਹਿ ਰਹੇ ਵੱਡੇ ਦਾਅਵੇਦਾਰੀਆਂ ਹੈਗੀਆਂ ਤੁਹਾਡੇ ਸਭ ਦੀਆਂ ਕਿਵੇਂ ਲੱਗਦੀਆਂ ਦੇਖੋ ਜਿੱਤ ਲੋਕਾਂ ਦੀ ਹੁੰਦੀ ਆ ਪਬਲਿਕ ਦੀ ਹੁੰਦੀ ਆ ਜੇ ਕੋਈ ਬਾਹਰੋਂ ਦੁਆਬੇ ਦੀ ਧਰਤੀ ਤੋਂ ਆ ਕੇ ਇੱਥੇ ਸੋਚਦਾ ਵੀ ਮੈਂ ਇਲੈਕਸ਼ਨ ਲੜ ਰਿਹਾ ਤਾਂ ਮਤਲਬ ਇਹ ਤਾਂ ਬੜੀ ਹਾਸੋਹੀਣੀ ਜੀ ਗੱਲ ਆ ਕਿਉਂਕਿ ਇਲੈਕਸ਼ਨ ਲੜਨ ਦਾ ਇੰਨਾ ਸ਼ੌਂਕ ਆ ਤਾਂ ਫਿਰ ਆਪਦੀ ਧਰਤੀ 'ਤੇ ਰਹਿ ਕੇ ਰੜੇ 'ਤੇ ਜ਼ਿਆਦਾ ਬੈਟਰ ਹੁੰਦਾ ਆਪਦੇ ਘਰ ਸੋ ਦੂਜੀ ਗੱਲ ਰਹੀ ਕਿ ਇੱਥੇ ਕੌਣ ਜਿੱਤਦਾ ਆ ਇਹ ਫੈਸਲਾ ਲੋਕ ਕਰਨਗੇ ਕਿਉਂਕਿ ਲੋਕਾਂ ਨੂੰ ਪਤਾ ਵੀ 2.5 ਸਾਲ ਹੋ ਗਏ ਸਰਕਾਰ ਬਣੀ ਸਰਕਾਰ ਨੇ ਇੱਕ ਵੀ ਕੰਮ ਨਹੀਂ ਕੀਤਾ ਦੂਜੇ ਪਾਸੇ 10 ਸਾਲ ਵੀ ਬਾਹਰ ਸਿਮਰਤ ਮੈਂਬਰ ਪਾਰਲੀਮੈਂਟ ਰਹਿ ਗਈ 10 ਸਾਲਾਂ ਦੇ ਵਿੱਚ ਐਸਾ ਕੀ ਕੰਮ ਕਰਤਾ ਵੀ ਜਿਹੜੇ 5 ਸਾਲ ਹੋਰ ਦੇ ਦੇਣ ਲੋਕ ਉਹਨਾਂ ਨੂੰ ਵੀ ਇੱਥੇ ਕਰ ਦੇਣਗੇ ਕੰਮ ਸੋ ਲੋਕ ਸਭ ਜਾਣਦੇ ਆ ਹੈ ਨਾ ਕਿਵੇਂ ਤਾਂ ਲੱਗਦਾ ਆਮ ਆਦਮੀ ਪਾਰਟੀ ਦਾ ਰੁਝਾਨ ਤੁਸੀਂ ਪਿੰਡਾਂ 'ਚ ਵਿਚਰ ਰਹੇ ਹੈਗੇ ਆ ਤੁਸੀਂ ਵਿਧਾਇਕ ਵੀ ਰਹੇ ਹੋ ਵਿਧਾਇਕ ਦੀਆਂ ਸੇਵਾਵਾਂ ਨਿਭਾਈਆਂ ਹੈਗੀਆਂ MP ਦੀ ਇਲੈਕਸ਼ਨ ਲੜ ਰਹੇ ਹੈਗਾ ਕਿਵੇਂ ਦਾ ਰਿਸਪੌਂਸ ਹੈਗਾ ਲੋਕਾਂ ਦਾ ਦੇਖੋ ਲੋਕਾਂ ਦੀਆਂ ਬਿਲਕੁਲ ਤੀਜੇ ਧਰਤੀ ਤੀਜੇ ਬਦਲ ਦੇ ਆਸ ਦੇ ਵਿੱਚ ਲੋਕ ਬੈਠੇ ਆ ਲੋਕ ਇੱਛਾਵਾਂ ਲੈ ਕੇ ਪਾਰਟੀ ਦੇ ਨਾਲ ਜੁੜੇ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਸਾਨੂੰ ਕੋਈ ਸੁੱਖ ਦਾ ਸਾਹ ਆਊਗਾ ਸੋ ਉਹਦੇ 'ਚ ਕੀ ਹੋਇਆ ਕਿ ਸਰਕਾਰ ਨਹੀਂ ਆਈ ਨਿਰਾਸ਼ਾ ਵੀ ਹੋਈ ਆ ਪਰ ਜਿਵੇਂ ਲੋਕ ਖੜ੍ਹੇ ਸੀਗੇ ਪੰਜਾਬ ਦੇ ਅੱਜ ਉਸੇ ਤਰੀਕੇ ਦੇ ਨਾਲ ਉੱਥੇ ਹੀ ਸਟੈਂਡ ਕਰਦੇ ਆ ਅਤੇ ਮੈਂ ਬਹੁਤ ਕਲੀਅਰ ਕੱਟ ਹਾਂ ਕਿ ਜਿੱਥੇ ਆਮ ਆਦਮੀ ਪਾਰਟੀ ਬਠਿੰਡਾ ਸੀਟ ਤੋਂ ਇੱਕ ਵੱਡੀ ਲੀਡ ਦੇ ਨਾਲ ਜਿੱਤੀ ਰਹੂਗੀ ਕਿਵੇਂ ਤਾਂ ਲੱਗਦਾ ਬੀਬੀ ਖਾਲੜਾ ਇੱਕ ਦਾਅਵੇਦਾਰੀ ਹੈਗੀ ਆ ਖਡੂਰ ਸਾਹਿਬ ਦੇ ਉੱਤੇ ਪੰਥਕ ਸੀਟ ਹੈਗੀ ਆ ਕਿਤੇ ਨਾ ਕਿਤੇ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਜੇ ਸੁਖਪਾਲ ਸਿੰਘ ਖਹਿਰਾ ਉਹ ਦਾਅਵੇਦਾਰੀ ਛੱਡ ਦੇਣ ਤਾਂ ਉਹਨੂੰ ਆਪਾਂ ਹਮਾਇਤ ਕਰ ਸਕਦੇ ਹੈਗੇ ਹਾਂ ਤੁਹਾਨੂੰ ਨਹੀਂ ਲੱਗਦਾ ਕਿ ਇਹੋ ਜਿਹੀਆਂ ਸੀਟਾਂ ਦੇ ਉੱਤੇ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਨਹੀਂ ਬੀਬੀ ਖਾਲੜਾ ਦੀ ਅਸੀਂ ਬਹੁਤ ਰਿਸਪੈਕਟ ਕਰਦੇ ਹਾਂ ਇੱਜ਼ਤ ਕਰਦੇ ਹਾਂ ਇਹੋ ਜਿਹੀ ਗੱਲ ਨਹੀਂ ਪਰ ਫਿਰ ਵੀ ਚਲੋ ਪਾਰਟੀ ਲੈਵਲ 'ਤੇ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਪਾਰਟੀ ਦੀਆਂ ਲਿਮਿਟੇਸ਼ਨਸ ਹੁੰਦੀਆਂ ਨੇ ਉਹ ਫੋਲੋ ਕਰਨੀਆਂ ਪੈਂਦੀਆਂ ਨੇ ਸੋ ਉਹ ਤੋਂ ਬਾਹਰ ਨਹੀਂ ਆਪਾਂ ਜਾ ਸਕਦੇ
ਬਠਿੰਡੇ ਹਲਕੇ ਦੇ ਵਿੱਚੋਂ ਜੇ ਆਪਾਂ ਗੱਲ ਕਰਦੇ ਹਾਂ ਨੌਜਵਾਨੀ ਦੀ, ਨੌਜਵਾਨੀ ਦਾ ਸੋਰੀ ਘਾਣ ਹੈਗਾ ਨਸ਼ਿਆਂ ਦੇ ਵਿੱਚ ਗਲਤਾਨ ਹੋਈ ਪਈ ਆ, ਬਠਿੰਡੇ ਹਲਕੇ 'ਚ ਵੀ ਪਾਣੀ ਦੂਸ਼ਿਤ ਹੈਗਾ ਵਾ, ਤੁਹਾਡਾ ਹਲਕਾ ਸੀ ਇਸ ਪਾਸੇ ਤੁਸੀਂ ਪਹਿਲਾਂ ਵੀ ਰਹੇ ਹੋ, ਹੁਣ ਦੀ ਕਿਹੋ ਜਿਹੀਆਂ ਪ੍ਰੋਬਲਮ ਹੈਗੀਆਂ ਤੁਹਾਨੂੰ ਕੀ ਲੱਗਦੀਆਂ? ਆਉਣ ਵਾਲੇ ਸਮੇਂ 'ਤੇ ਜਿਹੜੀ ਵੱਡੀ ਟੱਕਰ ਦੇ ਕੇ ਜੇ ਮੰਨ ਲਓ ਜਿੱਤ ਪ੍ਰਾਪਤ ਹੁੰਦੀ ਆ ਤਾਂ ਸੁਖਾਲੀ ਨਹੀਂ ਹੈਗੀ, ਇੱਥੇ ਇੱਕ ਜੂਝਣਾ ਪਊਗਾ ਤੁਹਾਨੂੰ। ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ 10 ਸਾਲ ਹੋ ਗਏ ਵੀ ਬਾਹਰ ਸਿਮਰ ਜੀ ਨੂੰ ਮੈਂਬਰ ਪਾਰਲੀਮੈਂਟ ਬਣੀ ਅਤੇ ਉਹ ਕਹਿੰਦੇ ਆ ਕਿ ਮੈਂ ਡਿਵੈਲਪਮੈਂਟ ਕੀਤੀ, ਮੈਨੂੰ ਕਿਤੇ ਦਿਸਦੀ ਨਹੀਂ ਡਿਵੈਲਪਮੈਂਟ ਕੀਤੀ। ਡਿਵੈਲਪਮੈਂਟ ਜਾਂ ਤਾਂ ਫਿਰ ਪਰਿਭਾਸ਼ਾ ਦੇ ਵਿੱਚ ਫਰਕ ਆ, ਉਹਨਾਂ ਦੇ ਅਕੋਰਡਿੰਗ ਡਿਵੈਲਪਮੈਂਟ ਸਿਰਫ ਇਨਫਰਾਸਟ੍ਰਕਚਰ ਆ, ਉਹ ਵੀ ਏਮਸ ਦਾ ਜਿਹੜਾ ਹਾਲੇ ਕਿ ਕੰਪਲੀਟ ਨਹੀਂ ਹੋਇਆ। ਸਾਡੇ ਅਕੋਰਡਿੰਗ ਜਿਹੜੀ ਡਿਵੈਲਪਮੈਂਟ ਆ ਦੈਟ ਸਟਾਰਟਸ ਫਰੋਮ ਕਿ ਲੋਕਾਂ ਨੂੰ ਪੀਣ ਵਾਲਾ ਪਾਣੀ ਚਾਹੀਦਾ ਆ, ਲੋਕਾਂ ਨੂੰ ਇੱਥੇ ਆਪਣੀਆਂ ਜਿਹੜੀਆਂ ਨੇ ਮਤਲਬ ਸਿਹਤ ਸੇਵਾਵਾਂ ਚਾਹੀਦੀਆਂ ਨੇ, ਲੋਕਾਂ ਨੂੰ ਐਜੂਕੇਸ਼ਨ ਫੈਸਿਲਿਟੀਜ਼ ਚਾਹੀਦੀਆਂ, ਲੋਕਾਂ ਨੂੰ ਲੋਕਾਂ ਦੇ ਸਕੂਲ ਚਾਹੀਦੇ ਆਪਣੇ ਬੱਚਿਆਂ ਵਾਸਤੇ, ਪੜ੍ਹਾਈ ਚਾਹੀਦੀ ਹੈ ਅਤੇ ਨੌਕਰੀਆਂ ਚਾਹੀਦੀਆਂ ਨੇ। ਅਤੇ ਉਹ ਕਹਿੰਦੇ ਵੀ ਬਸ ਅਸੀਂ ਜੇ ਇੱਥੇ 2 ਇੱਟਾਂ ਲਾਤੀਆਂ ਤਾਂ ਸਮਝ ਲਓ ਅਸੀਂ ਵਿਕਾਸ ਕਰਤਾ, ਇਹ ਵਿਕਾਸ ਤਾਂ ਲੋਕਾਂ ਨੂੰ ਚਾਹੀਦਾ ਨਹੀਂ। ਹਾਂ, ਦਿੱਲੀ ਦਾ ਵਿਕਾਸ ਜਿਹੜਾ ਅਰਵਿੰਦ ਕੇਜਰੀਵਾਲ ਨੇ ਕੀਤਾ ਕਿ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਆਪਦਾ ਮੁੰਡਾ ਪੜ੍ਹਦਾ ਸਰਕਾਰੀ ਸਕੂਲ 'ਚ, ਪ੍ਰਾਈਵੇਟ ਸਕੂਲ ਪਰੇ ਕਰਕੇ ਸਰਕਾਰੀ ਸਕੂਲਾਂ ਨੂੰ ਇੰਨੀ ਤਰਜੀਹ ਦਿੱਤੀ, ਅਮੀਰ ਤੋਂ ਅਮੀਰ ਗਰੀਬ ਤੋਂ ਗਰੀਬ ਅੱਜ ਪ੍ਰੈਫਰ ਕਰਦਾ ਅਸੀਂ ਸਰਕਾਰੀ ਸਕੂਲ 'ਚ ਪੜ੍ਹਾਈਏ। ਸੋ ਇਹ ਤਾਂ ਹੋਈ ਨਾ ਕਿ ਬਰਾਬਰ ਦੀ ਐਜੂਕੇਸ਼ਨ, ਜਿੱਦੇ ਸਾਡੇ ਇੱਥੇ ਬਰਾਬਰ ਦੀ ਐਜੂਕੇਸ਼ਨ ਹੋਈ ਅਸੀਂ ਫਿਰ ਮੰਨਾਂਗੇ ਕਿ ਆਹ ਸਰਕਾਰ ਵਿਕਾਸ ਕਰ ਰਹੀ ਹੈ। ਕਿਸ ਤਰ੍ਹਾਂ ਦੀ ਬਰਾਬਰ ਦੀ ਕਿੱਜਾਂ ਲਿਆ ਸਕਦੇ ਹੈਗੇ ਆ ਤੁਹਾਡੀ ਸਰਕਾਰ ਆਉਣ 'ਤੇ ਜਾਂ ਜਦੋਂ ਜਹਿਦ ਕੀਤੀ ਜਾ ਸਕਦੀ ਆ, ਕਿਉਂਕਿ ਤੁਸੀਂ ਵੀ ਹਿੱਸਾ ਹੋ ਵਿਧਾਨ ਸਭਾ ਦੇ ਵਿੱਚ? ਨਹੀਂ, ਅਸੀਂ ਤਾਂ ਜਦੋਂ ਜਹਿਦ ਦੇਖੋ ਹਰ ਗੱਲ ਵਿਧਾਨ ਸਭਾ ਦੇ ਵਿੱਚ ਰੱਖਦੇ ਹਾਂ। ਇਸ ਤੋਂ ਪਹਿਲਾਂ ਲਗਾਤਾਰ 4-4 ਪਲਾਨ MLA ਜਿੱਤ ਕੇ ਜਾਂਦੇ ਰਹੇ, 20-20 ਸਾਲ ਕਹਿਣ ਦੀ ਗੱਲ ਹੁੰਦੀ ਹੈ, 20-20 ਸਾਲ ਜਿੱਤ ਕੇ ਜਾ ਕੇ ਜੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਕਦੇ ਮੂੰਹੋਂ ਇੱਕ ਸ਼ਬਦ ਵੀ ਬੋਲਿਆ ਹੋਵੇ। ਮੈਂ ਜਾ ਕੇ ਸਭ ਤੋਂ ਪਹਿਲਾਂ ਇਹੀ ਪਤਾ ਕੀਤਾ ਕਿ ਫਸਟ ਟਾਈਮ ਮੈਂ ਗਈ ਹਾਂ, ਮੈਨੂੰ ਇਹ ਸੀ ਕਿਤੇ ਕੋਈ ਕਮੀ ਨਾ ਰਹਿ ਜੇ, ਬਟ ਟੂ ਬੀ ਵੈਰੀ ਸੀਰੀਅਸ, ਮਤਲਬ 7-8 ਜਣਿਆਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਉੱਥੇ ਕਦੇ ਕੋਈ MLA ਬੋਲਦਾ ਹੋਣਾ। ਸਭ ਬਸ ਮਤਲਬ ਖਾਣਾ ਪੂਰਤੀ ਕਰਦੇ ਸੀ, ਠੀਕ ਆ ਅਸੀਂ ਜਾਏ ਦੈਟਸ ਇਟ। ਅੱਜ ਬਠਿੰਡੇ ਦੇ ਲੋਕਾਂ ਨੂੰ ਮਿਲੇ ਸੀ, ਬਠਿੰਡੇ ਦੇ ਲੋਕਾਂ ਨੇ ਇੱਕ ਵੱਡੀ ਮੰਗ ਰੱਖੀ ਹੈ ਕਿ ਸਾਨੂੰ ਇਸ ਟਾਈਮ 'ਤੇ ਗਲੀਆਂ ਨਾਲੀਆਂ ਸੜਕਾਂ ਨਹੀਂ ਚਾਹੀਦੀਆਂ, ਸਾਨੂੰ ਐਜੂਕੇਸ਼ਨ ਚਾਹੀਦੀ ਹੈਗੀ ਆ, ਬੱਚਿਆਂ ਨੂੰ ਫ੍ਰੀ ਸਿੱਖਿਆ ਜੇ ਮਿਲ ਸਕਦੀ ਹੈਗੀ ਆ। ਮੈਂ ਪਹਿਲੀ ਗੱਲ ਇਹ ਹੀ ਕਰਦੀ ਹਾਂ ਕਿ ਲੋਕਾਂ ਨੂੰ 5 ਸਾਲ ਹੋ ਗਏ, 10 ਸਾਲ ਹੋ ਗਏ, 70 ਸਾਲ ਹੋ ਗਏ ਗਲੀਆਂ ਨਾਲੀਆਂ 'ਚ ਉਲਝਾ ਰੱਖਿਆ, ਬਈ ਸਰਕਾਰ ਬਦਲ ਗਈ, ਪੰਚਾਇਤ ਬਦਲ ਗਈ, ਅੱਜ ਆਹ ਨਾਲੀਆਂ ਪੱਕੀਆਂ ਕਰ ਲਓ, ਅੱਜ ਆਹ ਗਲੀਆਂ ਪੱਕੀਆਂ ਕਰ ਲਓ, ਘਰ ਨੀਵੇਂ ਹੋ ਜਾਂਦੇ ਆ, ਇੱਥੇ ਉਲਝਾਈ ਰੱਖਿਆ। ਜਿਹੜੀ ਸਹੀ ਡਿਵੈਲਪਮੈਂਟ ਦੀ ਮਤਲਬ ਸਟਾਰਟ ਹੁੰਦੀ ਆ, ਸਹੀ ਡਿਵੈਲਪਮੈਂਟ ਦੀ ਜਿਹੜੀ ਪਰਿਭਾਸ਼ਾ ਆ ਉਹ ਸਾਡੀ ਐਜੂਕੇਸ਼ਨ ਤੋਂ, ਸਾਡੀਆਂ ਸਿਹਤ ਸੇਵਾਵਾਂ ਤੋਂ, ਤਾਂ ਗੱਲ ਮੈਂ ਪਹਿਲਾਂ ਕੀਤੀ ਹੈ। ਲੋਕਾਂ ਨੂੰ ਗਲੀਆਂ ਨਾਲੀਆਂ ਦੇ ਵਿੱਚ ਕਿਉਂ ਉਲਝਾਇਆ, ਲੋਕਾਂ ਨੂੰ ਕਾਰਡਾਂ ਦੇ ਵਿੱਚ ਕਿਉਂ ਉਲਝਾਇਆ, ਲੋਕਾਂ ਨੂੰ ਰੁਜ਼ਗਾਰ ਦਿਓ, ਆਪਣੇ ਕੰਮ ਉਹ ਆਪ ਤੋਰਨ, ਆਪਦੀ ਰੋਟੀ ਆਪ ਕਮਾਉਣ। ਕਾਂਗਰਸ ਪਾਰਟੀ ਦਾਅਵੇਦਾਰ ਕਰ ਰਹੀ ਹੈਗੀ ਹੈ ਕਿ ਅਸੀਂ ਨਸ਼ਾ ਖਤਮ ਕਰ ਦਿੱਤਾ ਹੈਗਾ ਵਾ, ਜਦੋਂ ਕਾਂਗਰਸ ਪਾਰਟੀ ਆਈ ਸੀ ਤਾਂ ਸਹੁੰ ਖਾਧੀ ਗਈ ਸੀ ਕਿ ਨਸ਼ਾ ਖਤਮ ਕਰਤਾ ਜਾਊਗਾ, ਕਿਵੇਂ ਲੱਗਦਾ ਤੁਹਾਨੂੰ? ਕਿਉਂਕਿ ਬਾਰਡਰ ਇਲਾਕਾ ਜੇ ਅਸੀਂ ਘੁੰਮਿਆ ਸੀ ਅਕਾਲ ਚੈਨਲ ਨੇ ਮਾਧਿਅਮ ਰਾਹੀਂ ਦੇਖਿਆ ਸਾਰਿਆਂ ਨੂੰ, ਤਾਂ ਕਿਤੇ ਨਾ ਕਿਤੇ ਉਹਨਾਂ ਦਾ ਰੋਸ ਹੈਗਾ ਕਿ ਨਸ਼ਾ ਅੱਗੇ ਨਾਲੋਂ ਵੱਧ ਚੁੱਕਾ ਹੈਗਾ ਵਾ ਤੁਹਾਡੇ ਇਲਾਕੇ? ਨਸ਼ਾ ਅੱਗੇ ਨਾਲੋਂ ਵਧਿਆ ਆ, ਇਹਦੇ 'ਚ ਕੋਈ ਉਹ ਨਹੀਂ ਹੈਗਾ ਗਾ, ਦੋ ਰਾਵਾਂ ਨਹੀਂ ਹੈਗੀਆਂ। ਨਸ਼ਾ ਖਤਮ ਕਰਨ ਦੀ ਦੂਰ ਗੱਲ ਬਹੁਤ ਵਰੇ ਰਹਿ ਗਈ। ਮੈਂ ਕਹਿੰਦੀ ਹਾਂ ਵੀ ਇਹਨਾਂ ਨੇ ਤਾਂ ਇਹ ਵੀ ਆਖਿਆ ਸੀ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਤਾ, ਦੱਸੋ ਕਿਹੜੇ ਕਿਸਾਨ ਦਾ ਕਰਜ਼ਾ ਮਾਫ਼ ਹੋਇਆ? ਇਹ ਤਾਂ ਇਹ ਵੀ ਕਹਿੰਦੇ ਅਸੀਂ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ, ਕਿੱਥੇ ਕਰਤੀ ਸਵਾਮੀਨਾਥਨ ਰਿਪੋਰਟ ਲਾਗੂ? ਸੋ ਇਹ ਸਾਰੀਆਂ ਗੱਲਾਂ ਨੇ ਸਰਕਾਰ ਦੀਆਂ। ਅੱਜ ਵੀ ਬੈਂਕ ਜਿਹੜੇ ਆ ਨੋਟਿਸ ਭੇਜੀ ਜਾਂਦੇ ਆ ਕਿ ਜਿਨ੍ਹਾਂ ਨੇ 2-2 ਸਾਲਾਂ ਦੀਆਂ ਬੈਂਕਾਂ ਦੀਆਂ ਕਿਸ਼ਤਾਂ ਨਹੀਂ ਭਰੀਆਂ ਵਿਆਜ ਦੀਆਂ, ਉਹ ਭਰ ਕੇ ਜਾਓ। ਸੋ ਕਰਜ਼ਾ ਮਾਫ਼ੀ ਦੀ ਤਾਂ ਬਹੁਤ ਦੂਰ ਦੀ ਗੱਲ ਰਹੇਗੀ, ਲੋਕਾਂ ਨੂੰ ਫਿਰ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਸਰਕਾਰ ਨੇ। ਇਸ ਟਾਈਮ ਨੌਜਵਾਨੀ ਜਿਹੜੀ ਕਿ ਸਾਡੀ ਵਿਦੇਸ਼ਾਂ ਨੂੰ ਦੌੜ ਰਹੀ ਹੈਗੀ ਆ, ਤੁਹਾਨੂੰ ਕੀ ਲੱਗਦਾ ਕਿ ਇਹਨੂੰ ਕਿਸ ਤਰ੍ਹਾਂ ਠੱਲ ਪਾਈ ਜਾ ਸਕਦੀ ਆ? ਕਿਉਂਕਿ ਬੱਚਾ +2 ਕਰਦਾ ਵਾ, ਉਸ ਤੋਂ ਬਾਅਦ 'ਚ ਕੋਈ ਦੌੜ ਹੈਗੀ ਕਿ ਪੰਜਾਬ ਤੋਂ ਬਾਹਰ ਨਿਕਲ ਜਾਓ ਇੱਥੋਂ? ਕਦੇ ਮੋਦੀ ਸਰਕਾਰ ਕਹਿੰਦੀ ਸੀ ਅਸੀਂ 2 ਕਰੋੜ ਰੁਜ਼ਗਾਰ ਦੇਵਾਂਗੇ, ਫਿਰ ਪੰਜਾਬ ਗਵਰਨਮੈਂਟ ਕਹਿੰਦੀ ਸੀ ਅਸੀਂ ਘਰ ਘਰ ਨੌਕਰੀ ਦੇਵਾਂਗੇ, ਹੈ ਨਾ? ਸੋ ਇਹ ਗੱਲਾਂ ਨਾਲ ਅਤੇ ਚੁਟਕਲਿਆਂ ਨਾਲ ਲੋਕਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ। ਲੋਕਾਂ ਨੂੰ ਰੁਜ਼ਗਾਰ ਉਦੋਂ ਮਿਲਣਾ ਆ ਜਦੋਂ ਸਰਕਾਰ ਆਪਦੇ ਘਰ ਪੂਰੇ, ਜਿਹੜੇ ਸਰਕਾਰ ਦੀ ਨੁਮਾਇੰਦਗੀ ਕਰਦੇ ਆ, ਜਦੋਂ ਆਪਦੇ ਘਰ ਪੂਰੇ ਕਰਨੇ ਛੱਡ ਦੇਣਗੇ। ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕਾਂ ਦੀਆਂ ਨਿਗਾਹਾਂ ਦੇ ਵਿੱਚ ਬਿਲਕੁਲ ਸਹੀ ਬੰਦਾ, ਸਰਕਾਰਾਂ ਦੀਆਂ ਨਿਗਾਹਾਂ ਦੇ ਵਿੱਚ ਕਿਉਂ ਰੜਕਦਾ? ਰੀਜ਼ਨ ਬੀਂਗ, ਉਹ ਇੱਕ ਇਮਾਨਦਾਰ ਸ਼ਖਸ ਆ। ਉਹਨੇ ਸਾਰੇ 4 ਸਾਲ ਹੋ ਗਏ ਸਰਕਾਰ ਬਣੀ ਨੂੰ, 4 ਸਾਲਾਂ ਦੇ ਵਿੱਚ ਉਹਨੇ ਦਿੱਲੀ ਦੇ ਸਕੂਲ ਬਣਾਏ ਆ, 4 ਸਾਲਾਂ ਦੇ ਵਿੱਚ ਦਿੱਲੀ ਦੇ ਹਸਪਤਾਲ ਬਣਾਏ ਆ, ਇੱਕ ਵੀ ਪੈਸਾ ਕਦੇ ਕਿਸੇ ਤੋਂ ਲਿਆ ਨਹੀਂ। ਇਸ ਕਰਕੇ ਅੱਜ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਰੜਕਦੇ ਆ। ਸੋ ਜੇ ਸਰਕਾਰ ਸੱਚੀ ਨੀਤਾਂ ਨਾਲ ਕੰਮ ਕਰੇ ਤਾਂ ਸਾਰਾ ਕੁਝ ਹੋ ਸਕਦਾ ਹੈ। 70-70 ਸਾਲਾਂ ਤੋਂ ਇੱਥੇ ਪੰਜਾਬ ਦੇ ਵਿੱਚ ਮੈਨੂੰ ਇਹ ਦੱਸੋ ਵੀ ਸਰਕਾਰਾਂ ਤੋਂ ਇੱਕ ਵੀ ਚੀਜ਼ ਨਹੀਂ ਬਣੀ।
ਜੀ ਐਸ ਟੀ ਦਾ ਮੁੱਦਾ ਬਹੁਤ ਭਾਰੂ ਹੈਗਾ ਇਸ ਟਾਈਮ ਦੇ ਉੱਤੇ। ਜੇ ਆਪਾਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਕਾਲਾ ਧਨ ਵਾਪਸ ਆਉਣ ਦੀਆਂ ਗੱਲਾਂ ਹੋਈਆਂ ਸੀ। 15-15 ਲੱਖ ਅਕਾਊਂਟਾਂ ਦੇ ਵਿੱਚ ਕਿਹਾ ਗਿਆ ਸੀ ਕਿ ਛੇਤੀ ਅਕਾਊਂਟ ਖੁਲਾ ਲਓ, ਅਕਾਊਂਟਾਂ 'ਚ 15-15 ਲੱਖ ਰੁਪਈਆ ਆਉਣਾ। ਜਦੋਂ ਲੋਕਾਂ ਨੂੰ ਜਾ ਕੇ ਪੁੱਛਦੇ ਹੈਗੇ ਆ ਤਾਂ ਕਿਤੇ ਨਾ ਕਿਤੇ ਹਾਸਾ ਅੱਗੇ ਆਉਂਦਾ ਹੈਗਾ ਵਾ। ਇਸ ਟਾਈਮ ਵੀ 72,000 ਦਾ ਕਾਂਗਰਸ ਪਾਰਟੀ ਵਾਅਦਾ ਕਰ ਰਹੀ ਹੈਗੀ ਆ ਕਿ 72,000 ਗਰੀਬ ਪਰਿਵਾਰਾਂ ਨੂੰ ਦਿੱਤਾ ਜਾਊਗਾ। ਤੁਹਾਨੂੰ ਕੀ ਲੱਗਦਾ? ਇਹ ਤਾਂ ਇਹ ਵੀ ਵਾਅਦਾ ਕਰਦੇ ਸੀਗੇ ਅਸੀਂ 51,000 ਜਿਹੜੀਆਂ ਨੇ ਸ਼ਗਨ ਸਕੀਮਾਂ ਉਹ ਦੇਵਾਂਗੇ। ਫਿਰ ਇਹ ਬੜੇ ਵੱਡੇ ਵੱਡੇ ਵਾਅਦੇ ਹੋਰ ਕਿਤੇ ਵੀ ਵਾਅਦਾ ਕੀਤਾ ਸੀ, ਸਭ ਤੋਂ ਵੱਡਾ ਕਿ ਜਿਹੜੇ ਗੁਰੂ ਸਾਹਿਬ ਦੇ ਦੋਸ਼ੀ ਆ ਅਸੀਂ ਉਹਨਾਂ ਨੂੰ ਛੱਡਾਂਗੇ ਨਹੀਂ, ਹੈ ਨਾ। ਸੋ ਇਹ ਗੱਲਾਂ ਕਿੱਥੇ ਗਈਆਂ ਸਾਰੀਆਂ? ਸੋ ਮਤਲਬ ਇਹ ਸਭ ਸਰਕਾਰਾਂ ਦੇ ਲਾਰੇ ਆ, ਔਰ ਮੋਦੀ ਸਰਕਾਰ ਦਾ ਸਭ ਤੋਂ ਵੱਡਾ ਘਪਲਾ ਇਸ ਆਜ਼ਾਦ ਭਾਰਤ ਦੇ ਅੰਦਰ, ਆਜ਼ਾਦ ਦੇਸ਼ ਦੇ ਅੰਦਰ, ਮਤਲਬ ਜਿਹੜੀ ਆ ਨੋਟਬੰਦੀ ਆ। ਔਰ ਜੀ ਐਸ ਟੀ ਮੈਂ ਕਹਿੰਦੀ ਇਸ ਦੇਸ਼ 'ਚ ਲਾਗੂ ਨਹੀਂ ਹੁੰਦੀ, ਕਿਸੇ ਮਰਜ਼ੀ ਨੂੰ ਪਤਾ ਕਰਕੇ ਦੇਖ ਲਓ, ਪਤਾ ਅੰਕੜੇ ਕੀ ਕਹਿੰਦੇ ਆ ਸਾਡੇ। ਹਰ ਦਿਨ ਹਰ ਚੀਜ਼ ਦਾ ਭਾਅ 2 ਰੁਪਏ ਵੱਧ ਜਾਣਾ, 3 ਰੁਪਏ ਵੱਧ ਜਾਣਾ, ਕਿੱਥੋਂ ਦੀ ਜਸਟੀਫਿਕੇਸ਼ਨ ਹੈ? ਸੋ ਨਿਰਾਪੁਰਾ ਸਰਕਾਰ ਇਸ ਵੇਲੇ ਦੇਸ਼ ਨੂੰ ਖੋਖਲਾ ਕਰਨ 'ਤੇ ਲੱਗੀ ਹੋਈ। ਮੈਂ ਫਿਰ ਕਹਿੰਦੀ ਹਾਂ ਇੱਕੋ ਚੀਜ਼ ਬਚਾ ਸਕਦੀ ਹੈ ਇੱਥੇ ਸਾਨੂੰ, ਆਮ ਆਦਮੀ ਪਾਰਟੀ ਦੀ ਸਰਕਾਰ, ਝਾੜੂ ਦੀ ਸਰਕਾਰ। ਬੀਜੇਪੀ ਦੀ ਘਟਨਾਵਾਂ ਦਾ ਤੁਸੀਂ ਜ਼ਿਕਰ ਕੀਤਾ ਵਾ, ਬਰਗਾੜੀ ਦੇ ਵਿੱਚ ਮੋਰਚਾ ਲੱਗਾ ਸੀ, ਕਿਤੇ ਆਣ ਕੇ ਸਰਕਾਰ ਦੇ ਕੁਛ ਨੁਮਾਇੰਦੇ ਆਣ ਕੇ ਮੋਰਚਾ ਚੁਕਾ ਦਿੰਦੇ ਆ। ਕਿਹਾ ਜਾਂਦਾ ਕਿ ਤੁਹਾਡੇ ਮਸਲੇ ਹੱਲ ਕਰ ਦਿੱਤੇ ਜਾਣਗੇ, ਪਰ ਲਟਕ ਚੁੱਕੇ ਆ। ਜਦੋਂ ਗੱਲ ਚੱਲੀ ਸੀ ਕਿਹਾ ਜਾਂਦਾ ਸੀ ਕਿ ਇਹ ਪੈੜਾਂ ਹੈਗੀਆਂ ਜਿਹੜੀਆਂ ਬਾਦਲ ਪਰਿਵਾਰ ਵੱਲ ਜਾ ਰਹੀਆਂ ਵਾ, ਉਹ ਵੀ ਸ਼ਾਇਦ ਰੁਕ ਗਈਆਂ ਵਾ, ਇਹਨੂੰ ਕਿਵੇਂ ਲੈਣਾ? ਨਹੀਂ, ਇਹ ਤਾਂ ਦੇਖੋ ਸਹੀ ਗੱਲ ਹੈ, ਕਿਉਂਕਿ ਐਡਾ ਵੱਡਾ ਉੱਥੇ ਮੋਰਚਾ ਲੱਗਿਆ। ਸਭ ਤੋਂ ਵੱਡੀ ਗੱਲ ਕਿ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਆ ਬਾਦਲ ਪਰਿਵਾਰ ਨੇ, ਬਾਦਲ ਸਰਕਾਰ ਨੇ, ਤਾਂ ਪੂਰੀ ਤਰ੍ਹਾਂ ਦੇ ਨਾਲ ਉਹ ਜ਼ਿੰਮੇਵਾਰ ਆ। ਅਸੀਂ ਵਿਧਾਨ ਸਭਾ ਦੇ ਵਿੱਚ ਪੇਪਰ ਪੜ੍ਹਦੇ ਹੈਗੇ ਹਾਂ, 15 ਮਿੰਟ ਮੈਨੂੰ ਮਿਲਦੇ ਆ ਬੋਲਣ ਦੇ, 15 ਮਿੰਟਾਂ ਦੇ ਵਿੱਚ ਮੈਂ ਬੋਲਦੀ ਹਾਂ। ਇੱਥੋਂ ਤੱਕ ਵੀ ਬੇਬਾਕ ਹੋ ਕੇ ਕੌਣ ਇਨਵੋਲਵਡ ਆ, ਕਿਹੜਾ ਅਫਸਰ ਉਹਦੇ 'ਚ ਦੋਸ਼ੀ ਆ, ਇੱਥੋਂ ਤੱਕ ਵੀ ਕਿ ਉਹਦੇ 'ਚ ਮੁੱਖ ਮੰਤਰੀ ਸਾਹਿਬ, ਇੱਥੋਂ ਤੱਕ ਵੀ ਮੈਂ ਉਹਨਾਂ ਨੂੰ ਅਰਜ਼ ਕੀਤੀ ਕਿ ਜੇ ਤੁਸੀਂ ਨਹੀਂ ਸਜ਼ਾ ਦਿੰਦੇ, ਇਟ ਮੀਨਸ ਤੁਸੀਂ ਸਰਕਾਰ ਬਣਾ ਕੇ ਤੁਸੀਂ ਇੱਥੋਂ ਹਾਰ ਗਏ ਹੋ, ਤੁਸੀਂ ਜਿੱਤੇ ਨਹੀਂ ਹੈਗੇ। ਸੋ ਉਹਨਾਂ ਸਾਰੀਆਂ ਚੀਜ਼ਾਂ 'ਤੇ ਪਰਦਾ ਪਾਉਣਾ ਇਹ ਸਪਸ਼ਟ ਗੱਲ ਆ ਕਿ ਦੋਨੋਂ ਜਣੇ, ਦੋਨੋਂ ਸਰਕਾਰਾਂ, ਬਾਦਲ ਪਰਿਵਾਰ, ਕੈਪਟਨ ਪਰਿਵਾਰ, ਕੈਪਟਨ ਸਰਕਾਰ ਗੁੰਮਰਾਹ ਕਰਨ 'ਤੇ ਲੱਗੀ ਹੋਈ ਆ ਪੰਜਾਬ ਦੇ ਲੋਕਾਂ ਨੂੰ। ਸੋ ਉਹ ਇੱਕ ਬਹੁਤ ਇੱਕ ਦੁੱਖ ਦੀ ਰੱਗ ਆ ਜਿਹੜੀ ਸਰਕਾਰਾਂ ਨੇ ਸਾਡੀ ਸਮਝੀ ਨਹੀਂ, ਪਰ ਮੈਂ ਕਹਿੰਦੀ ਹਾਂ ਇਹ ਦਰਦ ਪੂਰੀ ਪੰਜਾਬੀਅਤ ਵਿੱਚੋਂ, ਪੂਰੀ ਹਿਊਮੈਨਿਟੀ ਵਿੱਚੋਂ ਕਦੇ ਜਾ ਨਹੀਂ ਸਕਦਾ, ਲੋਕ ਕਦੇ ਭੁੱਲ ਨਹੀਂ ਸਕਦੇ ਇਹਨਾਂ ਚੀਜ਼ਾਂ ਨੂੰ। ਅਤੇ ਆਪਾਂ ਇੱਥੇ ਗੱਲ ਕਰਦੇ ਹਾਂ ਵੋਟ ਦੀ, ਲੋਕ ਇਹਨਾਂ ਨੂੰ ਵੋਟਾਂ ਥੋੜ੍ਹਾ ਪਾਉਣਗੇ, ਲੋਕ ਇਹਨਾਂ ਨੂੰ ਭਜਾਉਂਦੇ ਆ, ਅੱਜ ਸੁਣਦੇ ਨਹੀਂ ਸੱਥਾਂ ਦੇ ਵਿੱਚ, ਉੱਥੇ ਉਹਨਾਂ ਨੂੰ ਭਜਾ ਦਿੰਦੇ। ਇਹ ਕੀ ਉਮੀਦ ਕਰਕੇ ਤੁਰਦੇ ਆ ਵੀ ਲੋਕ ਸਾਨੂੰ ਵੋਟਾਂ ਪਾਉਣਗੇ? ਜੀ, NRI ਨੇ ਬਹੁਤ ਸਹਿਯੋਗ ਕੀਤਾ ਸੀ ਆਮ ਆਦਮੀ ਪਾਰਟੀ ਦਾ। ਇਸ ਟਾਈਮ ਵੀ ਲੱਗਦਾ ਤੁਹਾਨੂੰ ਕਿ ਉਸ NRI ਵੀਰ ਉਸੇ ਤਰ੍ਹਾਂ ਸਹਿਯੋਗ ਕਰ ਰਹੇ ਆ, ਕਿਉਂਕਿ ਇੱਕ ਬਦਲ ਚਾਹੁੰਦੇ ਸੀ ਸਾਰੇ, ਕਿਤੇ ਨਾ ਕਿਤੇ ਉਸ ਚੀਜ਼ ਤੋਂ ਦੂਰ ਰਹਿ ਚੁੱਕੀ ਆਮ ਆਦਮੀ ਪਾਰਟੀ। ਹੁਣ ਜਿਹੜਾ ਕਿ ਕਿਵੇਂ ਦਾ ਮਾਹੌਲ ਹੈਗਾ NRI ਦਾ? ਨਹੀਂ, ਸਹੀ ਕਿਹਾ ਤੁਸੀਂ, NRIs ਨੇ ਬਹੁਤ ਮਦਦ ਕੀਤੀ, NRIs ਦੀ ਆਪਾਂ ਰਿਸਪੈਕਟ ਕਰਦੇ ਹਾਂ, ਇਹੋ ਜਿਹੀ ਗੱਲ ਨਹੀਂ। ਪਰ ਮੈਂ ਦੱਸਿਆ ਨਾ, ਜਦੋਂ ਸਰਕਾਰ ਨਹੀਂ ਬਣੀ ਤਾਂ ਡਿਸਅਪੁਆਇੰਟਮੈਂਟ ਸਾਰੇ ਕਿਤੇ ਹੋਈ ਹੈ, ਅਤੇ ਉਹ ਡਿਸਅਪੁਆਇੰਟਮੈਂਟ ਦੇ ਵਿੱਚ ਕਈ ਵਿਚਾਰੇ ਇੰਨੇ ਘਿਰ ਗਏ ਵੀ ਜਿਹੜੇ ਹਜੇ ਤੱਕ ਵੀ ਆਪਣੇ ਆਪ ਨੂੰ ਬਾਹਰ ਨਹੀਂ ਕੱਢ ਸਕੇ। ਸੋ ਟਾਈਮ ਆ, ਲੈਟਸ ਵੇਟ ਫੋਰ ਦਾ ਰਾਈਟ ਟਾਈਮ, ਅਤੇ ਸਾਰੀਆਂ ਚੀਜ਼ਾਂ ਸਹੀ ਹੋ ਜਾਣਗੀਆਂ। ਮੈਂ ਬਹੁਤ ਹੋਪਫੁੱਲ ਹਾਂ। ਬੇਅਦਬੀ ਮਸਲੇ ਦੀ ਆਪਾਂ ਗੱਲ ਕਰਦੇ ਹਾਂ, ਜਿਵੇਂ ਬੇਅਦਬੀ ਦੇ ਵਿੱਚ ਸਿੱਟ ਬੈਠਦੀ ਹੈਗੀ ਆ, ਉਹ ਬਾਦਲ ਸਰਕਾਰ ਵੇਲੇ ਵੀ ਬੈਠਦੀ ਹੈਗੀ ਆ, ਕਾਂਗਰਸ ਸਰਕਾਰ ਵੇਲੇ ਵੀ ਬੈਠਦੀ ਹੈਗੀ ਆ, ਪਰ ਹੁਣ ਸਿੱਟ ਜਦੋਂ ਆਪਣਾ ਕੰਮ ਕਰਦੀ ਹੈਗੀ ਆ, ਉਹਦੇ ਵਿੱਚੋਂ ਫਿਰ ਉਹਨਾਂ ਦੇ ਮੈਂਬਰ ਬਦਲਾ ਦਿੱਤੇ ਜਾਂਦੇ ਆ। ਅਤੇ ਇਹ ਤਾਂ ਸਾਫ਼ ਹੈ ਜੀ, ਕਿਉਂਕਿ ਕੈਪਟਨ ਸਰਕਾਰ ਕਦੀ ਚਾਹੁੰਦੀ ਨਹੀਂ ਸੀਗੀ ਕਿ ਅਸੀਂ ਇਹਦੇ ਬਾਰੇ ਕੋਈ ਫੈਸਲਾ ਕਰੀਏ ਕਿ ਅਸੀਂ ਜਿਹੜੀ ਪੂਰੀ ਹਿਊਮੈਨਿਟੀ ਆ ਅਸੀਂ ਉਹਦੇ ਨਾਲ ਇਨਸਾਫ ਕਰੀਏ, ਅਤੇ ਇਸੇ ਕਰਕੇ ਹੋਇਆ ਹੀ ਨਹੀਂ। ਜੇ ਉਹ ਚਾਹੁੰਦੀ ਹੁੰਦੀ ਕੈਪਟਨ ਸਰਕਾਰ ਤਾਂ ਸਾਰੇ ਹੱਲ ਹੋ ਜਾਣੇ ਸੀਗੇ। ਸੋ ਮਿਲ ਕੇ ਮੈਂ ਕਹੂੰਗੀ ਕਿ ਜੇ ਬਾਦਲ ਪਰਿਵਾਰ ਦੋਸ਼ੀ ਹੈ ਗੁਰੂ ਸਾਹਿਬ ਦੀ ਬੇਅਦਬੀ ਕਰਾਉਣ, ਤਾਂ ਕੈਪਟਨ ਸਰਕਾਰ ਉਦੋਂ ਵੱਡੀ ਦੋਸ਼ੀ ਹੈ ਜਿਹਨੇ ਸਾਰੀਆਂ ਚੀਜ਼ਾਂ ਨੂੰ ਛੁਪਾ ਕੇ ਰੱਖਿਆ, ਲੁਕੋ ਕੇ ਰੱਖਿਆ। ਲਾਸਟ ਵਿੱਚ ਮੈਂ ਗੱਲ ਕਰੂੰਗਾ ਲੱਖੇ ਸਦਾਣੇ ਦੀ। ਜਦੋਂ ਉਹ ਪ੍ਰੋਟੈਸਟ ਕੀਤਾ ਗਿਆ, ਬਾਦਲ ਦੇ ਘਰ ਘਰਾਓ ਕੀਤਾ ਗਿਆ, ਉੱਤੇ ਪਰਚਾ ਦਰਜ ਹੋ ਚੁੱਕਾ ਹੈਗਾ ਵਾ? ਨਹੀਂ, ਮੈਂ ਦੇਖੋ ਇਹਦੇ ਬਾਰੇ ਗੌਰ ਨਹੀਂ ਕੀਤੀ ਹੈ ਕਿ ਠੀਕ ਹੈ ਜਿਹੜੇ ਮਤਲਬ ਇੱਕ ਲੋਕਾਂ ਦੀ ਲੜਾਈ ਲੜਦੇ ਆ, ਲੋਕਾਂ ਵਾਸਤੇ ਖੜ੍ਹਦੇ ਆ, ਮੈਂ ਉਹਨਾਂ ਦੀ ਰਿਸਪੈਕਟ ਕਰਦੀ ਹਾਂ, ਬਟ ਮੈਨੂੰ ਇਹਦੀ ਡਿਟੇਲ ਕੁਛ ਪਤਾ ਨਹੀਂ। ਜੱਗੀ ਜੋਲ ਦੇ ਮਸਲੇ ਤੁਸੀਂ ਭਲੀ ਭਾਂਤ ਜਾਣਦੇ ਹੋ, ਕਿਉਂਕਿ ਬੇਅਦਬੀ ਦੀਆਂ ਜਦੋਂ ਘਟਨਾਵਾਂ ਦਾ ਗੱਲ ਹੁੰਦੀ ਸੀ ਤਾਂ ਕਿਤੇ ਨਾ ਕਿਤੇ ਪੰਜਾਬ ਤੋਂ ਬਾਹਰ ਜਿਹੜੇ ਸਿੱਖ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਲੈ ਕੇ ਆਉਣਾ ਹੈਗਾ ਵਾ, ਪਰ ਹੁਣ ਤਾਂ ਜੱਗੀ ਜੋਲ ਦੇ ਨਾਲ ਹੋਰ ਉਹਦੇ ਸਾਥੀ ਜਿਹੜੇ ਹੈਗੇ ਆ ਪੰਜਾਬ ਤੋਂ ਬਾਹਰ ਨੂੰ ਤਿਹਾੜ ਜੇਲ੍ਹ ਨੂੰ ਸ਼ਿਫਟ ਕੀਤੇ ਜਾ ਰਹੇ ਆ। ਦੇਖੋ ਇਹਦੇ 'ਚ ਬਹੁਤ ਸਾਰੇ ਮਸਲੇ ਨੇ ਐਸੇ, ਹੈ ਨਾ, ਇਕੱਲੇ ਆਪਾਂ ਉਹਨਾਂ ਦੀ ਗੱਲ ਨਹੀਂ ਕਰਾਂਗੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਇਸ ਵੇਲੇ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ। ਅਤੇ ਬਾਕੀ ਮੈਂ ਇਹ ਕਹੂੰਗੀ ਕਿ ਇਹਦੇ ਵਿੱਚ ਸੈਂਟਰ ਸਰਕਾਰ ਦੇ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਰਿਸਪੋਂਸੀਬਲ ਆ, ਪੰਜਾਬ ਦੇ ਵਿੱਚ ਕਿਹੜੀ ਸਰਕਾਰ ਆ ਪੂਰੀ ਤਰ੍ਹਾਂ ਦੇ ਰਿਸਪੋਂਸੀਬਲ ਆ। ਹਾਂ, ਜਿੱਥੇ ਆਮ ਆਦਮੀ ਪਾਰਟੀ ਦਾ ਰੋਲ ਹੋਊਗਾ, ਆਮ ਆਦਮੀ ਪਾਰਟੀ ਆਲਵੇਜ਼ ਇਹਦੇ ਨਾਲ ਸਟੈਂਡ ਕਰੂਗੀ।
ਬਿਲਕੁਲ ਜੀ, ਇਹ ਸਨ ਬੀਬਾ ਬਲਜਿੰਦਰ ਕੌਰ ਜੀ ਜਿਹੜੇ ਕਿ ਵੱਡੀ ਦਾਅਵੇਦਾਰੀ ਕਰ ਰਹੇ ਹੈ ਕਿ ਕੋਈ ਜਿਹੜਾ ਕਿਹਾ ਜਾ ਰਿਹਾ ਹੈਗਾ ਵਾ ਵਿਰੋਧੀ ਧਿਰ ਵੱਲੋਂ ਕਿ ਤੀਲਾ ਤੀਲਾ ਹੋ ਚੁੱਕੀ ਆ ਆਮ ਆਦਮੀ ਪਾਰਟੀ, ਇੱਕ ਦਾਅਵੇਦਾਰੀ ਕੀਤੀ ਹੈਗੀ ਹੈ ਕਿ ਜਿੱਤ ਦਰਜ ਹੋਊਗੀ ਬਠਿੰਡੇ ਤੋਂ। ਅਤੇ ਆਪਾਂ ਸੰਗਰੂਰ ਹਲਕੇ ਦੀ ਜ਼ਰੂਰ ਇੱਕ ਵਾਰੀ ਗੱਲ ਕਰਾਂ ਕਿ ਭਗਵੰਤ ਮਾਨ ਬਹੁਤ ਵੱਡੀ ਲੀਡ ਲੈ ਕੇ ਗਏ ਸੀ ਬੀਬੀ ਜੀ ਉੱਥੇ, ਇਸ ਵਾਰ ਕਿਵੇਂ ਲੱਗਦਾ ਭਗਵੰਤ ਮਾਨ ਜੀ ਦਾ? ਦੇਖੋ ਪਿਛਲੀ ਵਾਰੀ ਉਹਨਾਂ ਨੇ ਵੱਡੀ ਲੀਡ ਲਈ ਆ ਅਤੇ ਇਸ ਵਾਰੀ ਵੀ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਅਤੇ ਵੱਡੀ ਲੀਡਰ ਸੰਗਰੂਰ ਤੋਂ ਵੀ ਇਸ ਵਾਰੀ ਵੀ ਜਿੱਤਣਗੇ ਬਹੁਤ ਵੱਡੀ ਲੀਡ ਦੇ ਨਾਲ। ਪੰਜਾਬ ਦੇ ਵਿੱਚ ਓਵਰਆਲ ਕੀ ਲੱਗਦਾ ਵਾ, ਹੋਰ ਕਿਹੜੀ ਸੀਟ ਦੀ ਵੱਡੀ ਦਾਅਵੇਦਾਰੀ ਹੈਗੀ? ਦੇਖੋ ਮਾਲਵਾ ਇਸ ਵੇਲੇ ਫਰੀਦਕੋਟ ਆ, ਸੰਗਰੂਰ ਆ, ਬਠਿੰਡਾ ਆ, ਹੈ ਨਾ, ਬਾਕੀ ਜਿੰਨਾ ਮੇਰਾ ਧਿਆਨ ਆ ਇਹਨਾਂ ਤਿੰਨ ਸੀਟਸ 'ਤੇ ਗਿਆ ਆ ਕਿਉਂਕਿ ਇਹ ਮੇਰੇ ਨੇੜੇ ਲੱਗਦੀਆਂ ਨੇ। ਬਟ ਮੈਂ ਇਹ ਕਹਿ ਸਕਦੀ ਹਾਂ ਕਿ ਦੂਜੀਆਂ ਸਰਕਾਰਾਂ ਵਾਂਗੂ ਨਹੀਂ ਐਵੇਂ ਹਵਾ 'ਚ ਡਾਂਗਾ ਪਾਣੀ 'ਚ ਡਾਂਗਾ ਮਾਰੀ ਜਾਣੀਆਂ ਕਿ ਅਸੀਂ 13 ਦੀਆਂ 13 ਜਿੱਤਾਂਗੇ। ਲੋਕ ਅੱਜ ਖੜ੍ਹੇ ਆ, ਆਮ ਆਦਮੀ ਪਾਰਟੀ ਦੀ ਵੋਟ ਅੱਜ ਉੱਥੇ ਸਟੈਂਡ ਕਰਦੀ ਹੈ ਅਤੇ ਉਸੇ ਤਰੀਕੇ ਨਾਲ ਸਟੈਂਡ ਕਰੂਗੀ। ਬਿਲਕੁਲ ਜੀ, ਆਮ ਆਦਮੀ ਪਾਰਟੀ ਦੀ ਜਿਹੜੀ ਵੋਟ ਸਟੈਂਡ ਕਰਦੀ ਹੈਗੀ ਆ ਅਤੇ ਆਮ ਆਦਮੀ ਪਾਰਟੀ ਉਸੇ ਤਰ੍ਹਾਂ ਹੀ ਸਟੈਂਡ ਕਰੂਗੀ ਜਿਵੇਂ ਕਿ ਪਿਛਲੇ ਵਾਰ ਲੋਕ ਸਭਾ ਦੇ ਵਿੱਚ ਵੱਡੀ ਜਿੱਤ ਦਰਜ ਕੀਤੀ ਸੀ। ਵੇਖਾਂਗੇ 19 ਤਰੀਕ ਨੂੰ ਵੋਟਿੰਗ ਹੋਣੀ ਆ, 23 ਤਰੀਕ ਨੂੰ ਰਿਜ਼ਲਟ ਆਉਣਾ ਵਾ। 4 ਸੀਟਾਂ ਜਿਹੜੀਆਂ ਕਿ ਲਾਸਟ ਟਾਈਮ ਲਈਆਂ ਹੈਗੀਆਂ ਸੀ, ਬੜੀ ਵੱਡੀ ਦਾਅਵੇਦਾਰੀ ਸੀ ਉਹ ਤੋਂ ਬਾਅਦ ਵਿਧਾਨ ਸਭਾ ਦੀ, ਪਰ ਵਿਧਾਨ ਸਭਾ ਦੇ ਵਿੱਚ ਕਿਤੇ ਨਾ ਕਿਤੇ ਦੂਜੇ ਨੰਬਰ 'ਤੇ ਪਾਰਟੀ ਆਈ, ਉਹਦੇ ਵਿੱਚੋਂ ਵੀ ਕੁਛ ਨਾ ਕੁਛ ਕਮੀਆਂ ਰਹਿ ਚੁੱਕੀਆਂ ਸੀ ਪਾਰਟੀ ਵਿੱਚੋਂ ਕਹਿ ਸਕਦੇ ਹਾਂ, ਜਾਂ ਉਹਨਾਂ ਮੈਂਬਰਾਂ ਦੇ ਵਿੱਚੋਂ ਜਦੋਂ ਕਿ ਪਾਰਟੀ ਥੋੜ੍ਹੀ ਥੋੜ੍ਹੇ ਵਖਰੇਵਾਂ ਹੋ ਚੁੱਕਾ ਸੀ। ਵਖਰੇਵੇਂ ਤੋਂ ਬਾਅਦ 'ਚ ਵੀ ਇਸ ਟਾਈਮ ਬੀਬਾ ਬਲਜਿੰਦਰ ਕੌਰ ਨੂੰ ਪੂਰੀ ਆਸ ਹੈਗੀ ਆ ਕਿ ਪਾਰਟੀ ਜਿੱਤੂਗੀ ਅਤੇ ਆਉਣ ਵਾਲੇ ਸਮੇਂ ਦੇ ਭਵਿੱਖ ਜਿਹੜਾ ਹੈਗਾ ਵਾ ਆਮ ਆਦਮੀ ਪਾਰਟੀ ਦਾ ਹੋਊਗਾ। ਧੰਨਵਾਦ ਕਰਦੇ ਹਾਂ ਬੀਬੀ ਜੀ ਦਾ ਵੀ, ਅਤੇ ਅਖੀਰ 'ਤੇ ਫਤਿਹ ਦੇ ਸਾਂਝ ਪਾਉਂਦੇ ਬੀਬੀ ਜੀ, ਵਾਹਿਗੁਰੂ ਜੀ। ਠੀਕ ਹੈ ਜੀ, ਥੈਂਕ ਯੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।